ਮੈਂ ਗੱਡੀਆਂ ਵਾਲੀ, 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 ਨਾ ਕੋਈ ਮੇਰਾ ਪਤਾ ਟਿਕਾਣਾ, ਨਾ ਕੋਈ ਮੇਰਾ ਪਤਾ ਟਿਕਾਣਾ, ਨਾ ਕੋਈ ਸ਼ਹਿਰ ਗਰਾਂ, ਮੈਂ ਗੱਡੀਆਂ ਵਾਲੀ, ਮੈਂ ਗੱਡੀਆਂ ਵਾਲੀ, ਮੈਂ ਗੱਡੀਆਂ ਵਾਲੀ, ਮੈਂ ਗੱਡੀਆਂ ਵਾਲੀ, ਸੱਗੀ ਫੁੱਲ ਸ਼ਿੰਗਾਰ ਹੈ ਮੇਰਾ, ਸਿਰ ਕੱਢਵੀਂ ਫੁਲਕਾਰੀ, ਮੈਂ ਗੱਡੀਆਂ ਵਾਲੀ, 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 ਮੈਂ ਹੁਣ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ। ਸਰਦਾਰਾ, ਤੂੰ ਮੈਨੂੰ ਧੋਖਾ ਤਾਂ ਨਹੀਂ ਦੇਵੇਂਗਾ? ਕਿਸੇ ਕਿਸੇ ਨੇ ਕਿਸੇ ਨੂੰ ਕੁਛ ਕਰ ਤਾਂ ਨਹੀਂ ਦਿੱਤਾ? ਨਹੀਂ ਨਹੀਂ, ਕਿਸੇ ਨੂੰ ਪੁੱਛਣਾ ਹੋਵੇ ਨਹੀਂ ਤਾਂ ਸਾਰੇ ਮੈਨੂੰ ਹੀ ਗਲਤ ਸਮਝਣਗੇ। Thank you.
ਜਾਂਦੀ ਹੈ। ਤੂੰ ਇੱਥੇ ਬੱਚੀ ਕੀ ਸੋਚਦੀ ਹੈ ਤੇ ਮੈਂ ਤੈਨੂੰ ਪਤਾ ਨੀ ਕਿੱਥੇ ਕਿੱਥੇ ਲੱਭ ਕੇ ਆਈ। ਮੇਰੀ ਧੀ ਕਦੇ ਗਲਤ ਨਹੀਂ ਹੋ ਸਕਦੀ, ਪਰ ਜੀਤੋ ਜਾਗ ਕੇ ਸਕਦੀ ਹੈ। ਬਾਪੂ ਜੀਤੋ ਕਿਸੇ ਨਾਲ ਭੱਜ ਨਹੀਂ ਸਕਦੀ, ਮੈਨੂੰ ਅਤੇ ਤੇ ਪੂਰਾ ਯਕੀਨ ਹੈ ਉਹ ਗਲਤ ਨਹੀਂ ਹੋ ਸਕਦੀ। ਬਾਪੂ ਜਿਵੇਂ ਜੀਤੋ ਕਬੀਲੇ ਚ ਗਈ ਹੈ ਨਾ, ਦੇਖ ਕੇ ਤਾਂ ਇੰਝ ਲੱਗਦਾ ਕਿ ਜੀਤੋ ਨਾ ਬਾਪੂ ਤੁਸੀਂ ਉਹਦੇ ਬਾਰੇ ਗਲਤ ਨਹੀਂ ਕੀਤੀ। ਸੋਚਣ ਲਈ ਵੀ ਤਾਂ ਜੀਤੋ ਨੇ ਮਜਬੂਰ ਕੀਤਾ। ਆਖਰ ਉਹ ਗਈ ਕਿੱਥੇ ਹੈ ਇਹ ਵੀ ਮੈਂ ਪੁੱਛਦੀ ਸੀ ਬਾਪੂ ਕਿ ਆਖਿਰ ਜੀਤੋ ਜਾ ਕਿੱਥੇ ਸਕਦੀ ਹੈ। ਚੱਲਦੀ ਹੈ ਕਬੀਲੇ ਕਰੀਏ, ਤੇਰੀ ਮਾਂ ਦਿੱਤੀ ਹੋਈ ਉਸ ਬੇਟੀ ਤਾਂ ਬਹੁਤ ਸਮਾਂ ਹੋ ਗਿਆ ਪਰ ਉਹ ਆਈ ਕਿਉਂ ਨਹੀਂ। ਸੁੱਖਾ ਉਹ ਸਰਦਾਰ ਨੇ ਮੈਨੂੰ ਮਿਲਣ ਲਈ ਕਿਹਾ ਸੀ, ਉਹ ਮੇਰਾ ਇੰਤਜ਼ਾਰ ਕਰਦਾ ਹੋਇਆ। Thank you.
ਰੁਕ ਜਾ ਸੁੱਖਾ, ਰੁਕ ਜਾ। ਜੇ ਤੂੰ ਸਰਦਾਰ ਨੂੰ ਮਿਲਣ ਗਈ ਤੇ ਪਿੱਛੋਂ ਬਾਪੂ ਦੇ ਕਬੀਲੇ ਦੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਉਹ ਤਾਂ ਮੈਨੂੰ ਕਬੀਲੇ ਚੋਂ ਹੀ ਬਾਹਰ ਕੱਢ ਦੇਣਗੇ। ਹਾਂ ਸੁੱਖਾ, ਨਾਲੇ ਉਹ ਤਾਂ ਜਿੱਤੋ ਦੇ ਕਿਤੇ ਜਾਣ ਪਿੱਛੇ ਵੀ ਮੈਨੂੰ ਹੀ ਗਲਤ ਸਮਝਦੇ ਨੇ। ਪਰ ਉਹ ਸਰਦਾਰ, ਉਹ ਮੇਰਾ ਇੰਤਜ਼ਾਰ ਕਰਦਾ ਹੋਣਾ। ਪਰ ਮੈਂ ਹੁਣ ਕਰ ਵੀ ਕੀ ਸਕਦੀ ਹਾਂ? ਜੇ ਜਾਣੀ ਹੈ ਤਾਂ ਬਾਪੂ ਅਤੇ ਕਬੀਲੇ ਦਾ ਸਰਦਾਰ ਗਲਤ ਸਮਝੋ, ਪਰ ਜੇ ਨਾ ਗਈ ਤਾਂ ਉਹ ਸਰਦਾਰ ਕੀ ਸੋਚੂ ਮੇਰੇ ਬਾਰੇ ਕਿ ਮੈਂ ਵਾਅਦਾ ਕਰਕੇ ਮਿਲਣ ਹੀ ਨਹੀਂ ਆਈ। ਹਾਂ ਸੁੱਖਾ, ਜਾ ਜਾ, ਤੂੰ ਸਰਦਾਰ ਨੂੰ ਮਿਲਿਆ। ਹਾਂ ਸੁੱਖਾ, ਜਾ, ਤੂੰ ਜਲਦੀ ਜਾ, ਇਸ ਤੋਂ ਪਹਿਲਾਂ ਤੈਨੂੰ ਕੋਈ ਦੇਖੇ। ਸੁੱਖਾ, ਅੱਜ ਮੈਂ ਤੇਰਾ ਇੰਤਜ਼ਾਰ ਪਿੰਡ ਦੇ ਬਾਹਰ ਪੀਰਾਂ ਦੀ ਦਰਗਾਹ 'ਤੇ ਕਰੂੰਗਾ, ਤੂੰ ਆਵੇਂਗੀ ਨਾ? ਹਾਂ ਸਰਦਾਰਾ, ਮੈਂ ਜ਼ਰੂਰ ਆਊਂਗੀ। ਕਹਿ ਕੇ ਤਾਂ ਗਈ ਸੀ ਕਿ ਉਹ ਜ਼ਰੂਰ ਆਊਗੀ। ਸ਼ਾਇਦ ਕੋਈ ਕੰਮ ਪੈ ਗਿਆ ਹੋਣਾ ਤਾਂ ਹੀ ਨਹੀਂ ਆਈ। ਕੋਈ ਕੰਮੇ ਪੈ ਗਿਆ ਹੋਣਾ।
ਚੱਲ ਕਰਮਿਆ, ਅੱਜ ਨਹੀਂ ਆਉਂਦੀ ਉਹ। ਲੱਗਦਾ ਸਰਦਾਰ ਮੇਰਾ ਇੰਤਜ਼ਾਰ ਕਰਕੇ ਵਾਪਿਸ ਚਲਾ ਗਿਆ। ਮੈਨੂੰ ਮਾਫ ਕਰੀ ਸਰਦਾਰਾ, ਮੈਂ ਤੇਰੇ ਨਾਲ ਕੀਤਾ ਵਾਅਦਾ ਪੂਰਾ ਨਾ ਕਰ ਸਕੀ। ਮੈਨੂੰ ਮਾਫ ਕਰੀ। ਕਿੱਥੇ ਗਈ ਸੀ ਤੂੰ? ਕਿਤੇ ਨੀ, ਬਸ ਇੱਥੇ ਸੀ। Thank you.
ਉਹ ਸਰਦਾਰ ਦਿਸਿਆ ਤਾਂ ਹੈ ਨਹੀਂ ਮੈਨੂੰ ਉੱਥੇ, ਹੋ ਸਕਦਾ ਨਾ ਹੀ ਆਇਆ ਹੋਵੇ। ਨਹੀਂ ਨਹੀਂ ਉਹ ਜ਼ਰੂਰ ਆਇਆ ਹੋਣਾ, ਮੈਂ ਹੀ ਲੇਟ ਹੋ ਗਈ, ਕੀ ਪਤਾ ਕੱਲ੍ਹ ਨੂੰ ਫਿਰ ਮੇਰਾ ਇੰਤਜ਼ਾਰ ਕਰੇ। ਹਾਂ ਮੈਂ ਉਹ ਸਰਦਾਰ ਨੂੰ ਕੱਲ੍ਹ ਨੂੰ ਜ਼ਰੂਰ ਮਿਲਣ ਜਾਊਂਗੀ। ਜਿਹੜੀ ਕੁੜੀ ਤੁਸੀਂ ਗੱਲ ਕਰਦੇ ਸੀ ਨਾ, ਉਹ ਗੱਡੀਆਂ ਵਾਲੀ, ਤੇਰੇ ਬਾਈ ਨੂੰ ਅੱਜ ਮਿਲ ਗਈ, ਧੰਨੇ ਦਾ ਚੰਨ ਦਾ ਟੁਕੜਾ ਹੈ। ਹਾਂ ਬਾਈ, ਕੁੜੀ ਹੈ ਤਾਂ ਪੂਰਾ ਚੰਨ ਦਾ ਟੁਕੜਾ, ਪਰ ਉਹ ਤੇਰੇ ਵਸ ਚ ਨਹੀਂ ਆਉਂਦੀ। ਇਹ ਤੂੰ ਮੇਰੇ ਤੇ ਛੱਡ ਦੇ ਪਿਛਲੇ। ਕੋਈ ਤਾਂ ਗੱਲ ਜ਼ਰੂਰ ਆ, ਇੱਕ ਤਾਂ ਜੀਤੋ ਕਬੀਲੇ ਵਿੱਚੋਂ ਗਾਇਬ ਆ। ਅੱਛਾ ਇਹ ਆ ਉਹ ਗੱਡੀਆਂ ਵਾਲੀ ਕੁੜੀ ਜਿਹਦੇ ਬਾਰੇ ਬਿਸ਼ਨੇ ਅਤੇ ਕਾਲੇ ਨੇ ਮੈਨੂੰ ਦੱਸਿਆ ਸੀ। ਉਸ ਨੂੰ ਤਾਂ ਠਾਠਾ ਮਾਰਦਾ। ਮੈਂ ਗੱਡੀਆਂ ਵਾਲੀ ਨਾ ਕੋਈ ਮੇਰਾ ਪਤਾ ਟਿਕਾਣਾ, ਨਾ ਕੋਈ ਮੇਰਾ ਪਤਾ ਟਿਕਾਣਾ, ਨਾ ਕੋਈ ਸ਼ਹਿਰ ਗਰਾਂ। ਮੈਂ ਗੱਡੀਆਂ ਵਾਲੀ ਸੱਗੀ ਫੁੱਲ ਸ਼ਿੰਗਾਰ ਹੈ ਮੇਰਾ, ਸਿਰ ਕੱਢਵੀਂ ਫੁਲਕਾਰੀ। ਮੈਂ ਗੱਡੀਆਂ ਵਾਲੀ